ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਕੁਛ ਐਸਾ ਵਰਤਾਰਾ ਚੱਲ ਰਿਹਾ ਜਿਸ ਦੇ ਨਾਲ ਸਿੱਖਾਂ ਦੇ ਮਨ 'ਤੇ ਬਹੁਤ ਡੂੰਘਾ ਅਸਰ ਹੈ। ਬਹੁਤ ਜ਼ੋਰ ਲਾਉਣ ਦੇ ਬਾਵਜੂਦ ਵੀ, ਸਰਕਾਰਾਂ ਤੱਕ ਅਪੀਲ ਕਰਨ ਦੇ ਬਾਵਜੂਦ ਵੀ, ਜਿਹੜਾ ਲਾਅ ਐਂਡ ਆਰਡਰ ਹੈ ਇਸ ਗੱਲ ਨੂੰ ਹਾਲੇ ਤੱਕ ਠੱਲ ਨਹੀਂ ਸਕਿਆ। ਹਰ ਦੂਜੇ ਚੌਥੇ ਦਿਨ ਇੱਕ ਐਸੀ ਖਬਰ ਆ ਜਾਂਦੀ ਜਿਹੜੀ ਸਿੱਖਾਂ ਦੇ ਮਨ 'ਤੇ ਡੂੰਘਾ ਅਸਰ ਕਰਦੀ ਹੈ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਆ ਗਿਆ, ਕਿਸੇ ਵੀ ਧਾਰਮਿਕ ਪੁਸਤਕ ਦਾ ਜਾਂ ਗੁਟਕਾ ਸਾਹਿਬ ਦਾ ਮਾਮਲਾ ਆ ਗਿਆ। ਇਹ ਸਾਜ਼ਿਸ਼ੀ ਢੰਗ ਨਾਲ ਲੜਾ ਲਗਾਤਾਰ ਚੱਲ ਰਿਹਾ, ਜਿਹੜਾ ਕਿ ਹੁਣ ਪਰਸੋਂ ਦੀ ਜਿਹੜੀ ਘਟਨਾ ਹੈ ਕਿ ਛੇਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਚਰਨ ਕਮਲ ਸਾਹਿਬ, ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੇਅਦਬੀ ਦੀ ਘਟਨਾ ਹੋਈ ਆ, ਬੜੀ ਵੱਡੀ ਇੱਕ ਡੂੰਘੀ ਸਾਜ਼ਿਸ਼ ਦਿਖਾਈ ਦੇ ਰਹੀ ਆ। ਮਨ 'ਤੇ ਜਿਵੇਂ ਰੋਣ ਵੀ ਆਉਂਦਾ ਇਸ ਗੱਲ ਨਾਲ ਕਿ ਇਹ ਗੱਲ ਕਿਉਂ ਨਹੀਂ ਹੋ ਰਹੀ। ਇਸ ਗੱਲ ਦੇ ਬਾਰੇ ਦੇ ਵਿੱਚ ਹਰ ਸਿੱਖ ਦੇ ਮਨ ਦੇ ਅੰਦਰ ਬੜਾ ਡੂੰਘਾ ਅਸਰ ਹੁੰਦਾ। ਅਸੀਂ ਵੀ ਸਾਰੇ ਉਸ ਗੱਲ ਵਿੱਚ ਸ਼ਾਮਿਲ ਹਾਂ ਅਤੇ ਬੜਾ ਚੰਗਾ ਲੱਗਾ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਦੀ ਸੰਸਥਾ ਦੇ ਤੌਰ 'ਤੇ ਜਾਣੀ ਜਾਂਦੀ ਆ, ਉਹ ਸੰਸਥਾ ਦੇ ਪ੍ਰਧਾਨ ਜਿਹੜੇ ਆ ਸਾਡੇ ਹਰਮੀਤ ਸਿੰਘ ਜੀ ਕਾਲਕਾ ਸਾਹਿਬ, ਉਹਨਾਂ ਨੇ ਇਸ ਗੱਲ ਦੀ ਫਿਕਰਮੰਦੀ ਜ਼ਾਹਰ ਕੀਤੀ ਹੈ। ਬੜੀ ਚੰਗੀ ਗੱਲ ਹੈ ਜੇ ਇੱਕ ਸਿੱਖ ਜਾਂ ਸਿੱਖ ਸੰਸਥਾ ਉਹਦੀ ਫਿਕਰਮੰਦੀ ਜ਼ਾਹਰ ਨਹੀਂ ਕਰੇਗੀ, ਉਹਦੇ ਲਈ ਫਿਕਰ ਨਹੀਂ ਕਰੇਗੀ, ਤਾਂ ਮੈਨੂੰ ਲੱਗਦਾ ਕਿ ਉਹ ਸੰਸਥਾ ਜਿਹੜੀ ਆ ਆਪਣਾ ਕੰਮ ਨਹੀਂ ਕਰਦੀ। ਸੋ ਬੜਾ ਚੰਗਾ ਲੱਗਾ ਕਾਲਕਾ ਸਾਹਿਬ ਨੇ ਇਹ ਫਿਕਰਮੰਦੀ ਕੀਤੀ ਆ ਅਤੇ ਕਾਲਕਾ ਸਾਹਿਬ ਨੇ ਇਸ ਗੱਲ ਦਾ ਦੋਸ਼ ਜਿਹੜਾ ਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿਰ ਮੰਨਣ ਦੀ ਕੋਸ਼ਿਸ਼ ਕੀਤੀ ਆ, ਭਾਵੇਂ ਕਿ ਸਰਕਾਰ ਦੇ ਬਾਰੇ ਵੀ ਉਹਨਾਂ ਨੇ ਦੋ ਚਾਰ ਲਫ਼ਜ਼ ਬੋਲੇ ਆ, ਪਰ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਦੇ ਪ੍ਰਬੰਧ ਨਹੀਂ ਕਰ ਰਹੀ, ਕਾਰ ਸੇਵਾ ਚੱਲ ਰਹੀ ਆ, ਧਾਮੀ ਸਾਹਿਬ ਇਸ ਗੱਲ ਲਈ ਅਸਤੀਫਾ ਦੇਣ, ਬਹੁਤ ਵੱਡੀ ਗੱਲ ਕਹੀ ਆ। ਬੜਾ ਤੁਹਾਡੇ ਮਨ ਦਾ ਬਲਬਲਾ ਅਸੀਂ ਚੰਗੀ ਤਰ੍ਹਾਂ ਸਮਝੇ ਹਾਂ ਕਾਲਕਾ ਸਾਹਿਬ। ਤੁਸੀਂ ਇਹਦੇ 'ਚ ਇਹ ਵੀ ਗੱਲ ਕਹੀ ਆ ਕਿ ਤੁਸੀਂ ਜਿਹੜੇ ਧਾਮੀ ਸਾਹਿਬ ਆ ਇੱਕ ਰਾਜਨੀਤਿਕ ਪਾਰਟੀ ਦੇ ਬੁਲਾਰੇ ਹੋ ਕੇ ਸਾਰਾ ਕੁਛ ਕਰ ਰਹੇ ਨੇ। ਦੇਖੋ ਤੁਹਾਡੇ ਮਨ ਦੀ ਜਿਹੜੀ ਵੇਦਨਾ ਉਸ ਗੱਲ ਦਾ ਹੀ ਸਤਿਕਾਰ ਕਰਦੇ ਹਾਂ। ਜਿਹੜੀ ਗੱਲ ਤੁਹਾਨੂੰ ਕਲੀਅਰ ਕਰਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਦਾ ਕਾਰਜ ਕਰਦੀ ਹੈ, ਸੋ ਗੁਰਦੁਆਰਾ ਦੇ ਪ੍ਰਬੰਧ ਜਿਹੜੇ ਆ ਉਹਨਾਂ ਦੇ ਵਿੱਚ ਜਿੱਥੇ ਸਿੱਧਾ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਹੈ ਉਸ ਗੱਲ ਦੇ ਨਾਲ ਸਿੱਧਾ ਅਸੀਂ ਪ੍ਰਬੰਧ ਕਰਦੇ ਹਾਂ, ਕਿਉਂਕਿ ਉੱਥੇ ਅਧਿਕਾਰੀ ਵੀ ਅਸੀਂ ਲਾ ਸਕਦੇ ਹਾਂ, ਉੱਥੇ ਪਹਿਰੇਦਾਰ ਵੀ ਅਸੀਂ ਲਾ ਸਕਦੇ ਹਾਂ, ਉੱਥੋਂ ਦੀ ਜਵਾਬ ਤਲਬੀ ਵੀ ਅਸੀਂ ਕਰ ਸਕਦੇ ਹਾਂ। ਜਿਹੜੇ ਇਹ ਗੁਰਦੁਆਰਾ ਸਾਹਿਬ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਇਹ ਗੁਰਦੁਆਰਾ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਂ 85 ਨਾਲ 87 ਦੇ ਨਾਲ ਸੰਬੰਧਿਤ ਹੈ। ਸੋ ਇਸ ਕਰਕੇ ਸਿੱਧੇ ਤੌਰ 'ਤੇ ਸ਼੍ਰੋਮਣੀ ਕਮੇਟੀ ਇਸ ਦੇ ਪ੍ਰਬੰਧਾਂ ਵਿੱਚ ਦਖਲ ਨਹੀਂ ਦੇ ਸਕਦੀ। ਹਾਂ, ਇਹ ਗੱਲ ਠੀਕ ਹੈ ਕਿ ਸ਼੍ਰੋਮਣੀ ਕਮੇਟੀ ਦੇ ਨਾਲ ਜਿਹੜੀ ਸੰਗਤ ਹੈ ਉਹ ਸਹਿਯੋਗ ਜ਼ਰੂਰ ਕਰਦੀ ਹੈ। ਸੋ ਇਸ ਕਰਕੇ ਤੁਹਾਨੂੰ ਇਹ ਜਾਣਕਾਰੀ ਦੇ ਦਈਏ, ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਦੀ ਨਹੀਂ ਆਉਂਦਾ, ਪਰ ਫਿਰ ਵੀ ਅਸੀਂ ਇਸ ਗੱਲ ਲਈ ਫਿਕਰਮੰਦੀ ਕਰਦੇ ਹਾਂ ਕਿ ਗੁਰਦੁਆਰਾ ਸਾਹਿਬ ਦਾ ਜਿਹੜਾ ਵੀ ਪ੍ਰਬੰਧ ਕਰਦਾ ਉਸ ਦੀ ਜ਼ਿੰਮੇਵਾਰੀ ਆ, ਉਹ ਇਸ ਗੱਲ ਦਾ ਹੱਕ ਬਣਦਾ ਕਿ ਉਹ ਉੱਥੇ ਜਿਹੜੀ ਕਿ ਪਹਿਰੇਦਾਰੀ ਸਖ਼ਤ ਕਰਨ, ਜਿਹੜੀ ਕਿ ਚਾਹੀਦੀ ਹੈ, ਕਿਉਂਕਿ ਬਹੁਤ ਦੁਸ਼ਮਣ ਬਹੁਤ ਵੱਡੀ ਸਾਜ਼ਿਸ਼ ਨਾਲ ਇਹ ਕੰਮ ਕਰ ਰਿਹਾ। ਸੋ ਤੁਸੀਂ ਇਸ ਗੱਲ ਦਾ ਜ਼ਿਕਰ ਕੀਤਾ ਕਿ ਰਾਜਸੀ ਪਾਰਟੀ ਦੇ ਉਹ ਬਣੇ ਨੇ, ਤੁਹਾਡੇ ਕਾਲਕਾ ਸਾਹਿਬ ਤੁਹਾਡੇ ਬਿਆਨ ਦੇ ਵਿੱਚੋਂ ਜਿੱਥੇ ਬੇਅਦਬੀ ਦੇ ਮਾਮਲੇ ਦੇ ਵਿੱਚ ਗੱਲ ਕੀਤੀ ਗਈ ਆ, ਉਸ ਤੋਂ ਇਲਾਵਾ ਜ਼ਿਆਦਾ ਜ਼ੋਰ ਤੁਹਾਡਾ ਜਿਹੜਾ ਉਹ ਅਕਾਲੀ ਦਲ ਦੇ ਬਾਰੇ 'ਚ ਆ ਕਿ ਅਕਾਲੀ ਦਲ ਸ਼ਾਖ ਗੁਆ ਚੁੱਕਿਆ, ਤੁਹਾਨੂੰ NDA ਦੀ ਮੀਟਿੰਗ ਦਾ ਬਹੁਤ ਵੱਡਾ ਫਿਕਰ ਹੈ ਕਿ ਉਹ ਤੁਹਾਨੂੰ NDA ਦੀ ਮੀਟਿੰਗ 'ਚ ਨਹੀਂ ਬੁਲਾਇਆ ਗਿਆ, ਤੁਹਾਨੂੰ ਜਿਹੜੀ ਇਹ ਵਿਰੋਧ ਦੇ ਵਿੱਚ ਹੋ ਰਹੀ ਜਿਹੜੀ ਆ ਉੱਥੇ ਬੰਗਲੌਰ ਦੇ ਵਿੱਚ ਮੀਟਿੰਗ ਆ ਉਸ ਦੇ ਬਾਰੇ 'ਚ ਤੁਹਾਨੂੰ ਬਹੁਤ ਜ਼ਿਆਦਾ ਫਿਕਰ ਹੈ। ਸੋ ਤੁਸੀਂ ਬੇਅਦਬੀ ਦੇ ਮਸਲੇ ਨੂੰ ਲੈ ਕੇ ਤੁਸੀਂ ਕਹਿ ਧਾਮੀ ਸਾਹਿਬ ਨੂੰ ਰਹੇ ਹੋ, ਪਰ ਸਭ ਤੋਂ ਵੱਧ ਤੁਸੀਂ ਬੁਲਾਰੇ ਜਿਹੜੇ ਆ ਉਹ ਰਾਜਸੀ ਪਾਰਟੀ ਦੇ ਬਣ ਕੇ ਤੁਸੀਂ ਸਿਆਸੀ ਗੱਲਬਾਤ ਕਰ ਰਹੇ ਹੋ, ਜਿਹੜੀ ਕਿ ਤੁਹਾਡੇ ਕੋਲੋਂ ਸ਼ੋਭਾ ਨਹੀਂ ਦਿੰਦੀ, ਕਿਉਂਕਿ ਤੁਸੀਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਟਾਈਮ ਪ੍ਰਧਾਨ ਹੋ। ਇਹ ਗੱਲ ਠੀਕ ਹੈ ਕਿ ਪਿਛਲੇ ਸਮੇਂ 'ਚ ਤੁਹਾਡੇ 'ਤੇ ਬਹੁਤ ਸਾਰੇ ਇਤਰਾਜ਼ ਆਏ, ਬੇਅਦਬੀ ਦੀ ਗੱਲ ਕਰਦੇ ਹਾਂ, ਤੁਸੀਂ ਇਸ ਪ੍ਰਬੰਧਾਂ ਦੇ ਵਿੱਚ ਸ਼ਾਮਿਲ ਹੋ,
ਤੁਹਾਡੇ ਪ੍ਰਬੰਧਾਂ ਦੇ ਵਿੱਚ ਸਭ ਤੋਂ ਵੱਡੀ ਗੱਲ ਕਹੀ ਹੈ ਕਿ ਅਕਾਲ ਤਖ਼ਤ ਸਾਹਿਬ ਨੂੰ ਤੁਸੀਂ ਚੁਣੌਤੀ ਦਿੱਤੀ ਹੈ। ਅਕਾਲ ਤਖ਼ਤ ਸਾਹਿਬ ਨੇ ਤੁਹਾਨੂੰ ਇਹ ਹੁਕਮ ਲਾਇਆ ਸੀ, ਸੰਗਤ ਨੂੰ ਹੁਕਮ ਲਾਇਆ ਸੀ ਕਿ ਜਿਹੜੀ ਸਰਕਾਰ ਹੈ ਉਹ ਸਰਕਾਰ ਦਾ ਜਿਹੜਾ ਵੀਰਵਾਲ ਦਿਵਸ ਹੈ ਉਹਦੀ ਥਾਂ 'ਤੇ ਸਾਹਿਬਜ਼ਾਦੇ ਸ਼ਹਾਦਤ ਦਿਵਸ ਮਨਾਇਆ ਜਾਵੇ। ਤੁਸੀਂ ਇਸ ਗੱਲ ਨੂੰ ਇਨਕਾਰ ਕਰ ਦਿੱਤਾ। ਮੈਨੂੰ ਲੱਗਦਾ ਮੈਂ ਨਾ ਭੁੱਲਦਾ ਹੋਵਾਂ ਕਿ ਆਪਣੇ ਜਿਹੜਾ ਸ਼੍ਰੋਮਣੀ ਕਮੇਟੀ ਜਾਂ ਸਿੱਖਾਂ ਦੀ ਸੰਸਥਾ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਉਸ ਦੇ ਵਿੱਚ ਤੁਹਾਡੇ ਵੱਲੋਂ ਆਯੋਜਿਤ ਪ੍ਰੋਗਰਾਮ ਹੈ ਜਿਹਦੇ 'ਚ RSS ਦੇ ਪ੍ਰਚਾਰਕ ਜਿਹੜੇ ਆ ਵਿਸ਼ੇਸ਼ ਬੁਲਾਰੇ ਦੇ ਤੌਰ 'ਤੇ ਕੀਤੇ ਜਾਂਦੇ ਆ। ਤੁਸੀਂ ਬਹੁਤ ਜ਼ਿਆਦਾ ਫਿਕਰ ਕਰਦੇ ਹੋ ਕਿ ਬੇਅਦਬੀ ਦੇ ਮਾਮਲੇ 'ਚ, ਇਹ ਕਾਲਜ ਦਾ ਵਿੱਚ ਤੁਹਾਡੇ ਉਸ ਖਾਲਸਾ ਕਾਲਜ ਦੇ ਵਿੱਚ ਇਹ ਜਿਹੜਾ ਪੂਜਾ ਕੀਤੀ ਜਾਂਦੀ ਆ। ਮੈਂ ਕਿਸੇ ਧਾਰਮਿਕ ਜਿਹੜੀ ਆ ਕੋਈ ਸ਼ਖਸੀਅਤ ਆ ਜਾਂ ਕੋਈ ਗੁਰੂ ਆ ਪੀਰ ਪੈਗੰਬਰ ਆ, ਪਰ ਕੀ ਆ ਵੀ ਇਹ ਸਾਰਾ ਕੁਛ ਤੁਹਾਡੇ ਕਾਲਜ ਦੇ ਅੰਦਰ ਤੁਹਾਡੀ ਪ੍ਰਧਾਨਗੀ ਹੇਠ ਹੋ ਰਿਹਾ। ਕੀ ਇਹ ਸਰਸਵਤੀ ਪੂਜਾ ਜਿਹੜੀ ਹੈ ਇਹ ਧਾਰਮਿਕ ਤੌਰ 'ਤੇ ਇਹ ਪ੍ਰਵਾਨਿਤ ਆ ਜਿਹੜੇ ਕਿ ਸਿੱਖ ਸੰਸਥਾਵਾਂ ਦੇ ਵਿੱਚ? ਸੋ ਗੱਲ ਤੁਸੀਂ ਉੱਥੇ ਕਰੋ ਜਿੱਥੇ, ਕਿਉਂਕਿ ਜਦੋਂ ਤੁਸੀਂ ਆਪਣੀ ਪੀੜ੍ਹੀ ਥੱਲੇ ਸੋਟਾਂ ਨਹੀਂ ਮਾਰਦੇ ਤਾਂ ਫਿਰ ਤੁਹਾਨੂੰ ਸਿਆਸੀ ਜਿਹੜੀ ਆ ਜਿਹੜਾ ਪ੍ਰਭਾਵ ਆ ਉਹ ਤੁਹਾਡੇ 'ਚੋਂ ਸਪਸ਼ਟ ਦਿਖਾਈ ਦੇ ਰਿਹਾ। ਧਾਮੀ ਸਾਹਿਬ ਨੂੰ ਤੁਸੀਂ ਅਸਤੀਫਾ ਦੇਣ ਦੀ ਗੱਲ ਕਹਿਣ ਤੋਂ ਪਹਿਲਾਂ ਆਪਣੇ ਪੀੜ੍ਹੀ ਥੱਲੇ ਜ਼ਰੂਰ ਸੋਟਾ ਮਾਰੋ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿੰਨਾ ਲੋਕਾਂ ਦੀ ਸਪੋਕਸਮੈਨ ਬਣ ਕੇ ਕੰਮ ਕਰ ਰਹੀ ਆ। ਭਾਵੇਂ ਕਿ ਇਸ ਗੱਲ ਦਾ ਤੁਹਾਨੂੰ ਗੁੱਸਾ ਲੱਗੇਗਾ, ਪਰ ਫਿਰ ਵੀ ਅਸੀਂ ਤੁਹਾਡੇ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿੱਚ ਜਿਹੜੀ ਪ੍ਰਗਟਾਈ, ਜਿਹੜੀ ਸੰਵੇਦਨਸ਼ੀਲਤਾ, ਉਹਦਾ ਅਸੀਂ ਸਤਿਕਾਰ ਕਰਦੇ ਹਾਂ। ਪਰ ਜਿਹੜਾ ਤੁਹਾਨੂੰ NDA ਦੀਆਂ ਮੀਟਿੰਗਾਂ ਦਾ ਵੱਧ ਫਿਕਰ ਹੈ, ਇਹ ਗੱਲ ਤੁਹਾਨੂੰ ਨਹੀਂ ਕਰਨੀ ਚਾਹੀਦੀ। ਤੁਸੀਂ ਧਾਮੀ ਸਾਹਿਬ ਨੂੰ ਕਹਿਣ ਦੀ ਬਜਾਏ ਤੁਸੀਂ ਆਪਣੇ ਅੰਦਰ ਜ਼ਰੂਰ ਝਾਤੀ ਮਾਰੋ। ਸੋ ਗੁਰੂ ਕਿਰਪਾ ਕਰੇ, ਜਿਹੜੀਆਂ ਇਹ ਸਿੱਖ ਵਿਰੋਧੀ ਸ਼ਕਤੀਆਂ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਸਾਹਸੀ ਢੰਗ ਨਾਲ ਕਾਰਵਾਈ ਕਰ ਰਹੀਆਂ, ਆਪਾਂ ਇੱਕਜੁੱਟ ਹੋ ਕੇ ਇਹਨਾਂ ਦੇ ਖਿਲਾਫ਼ ਡਟ ਕੇ ਲੜੀਏ, ਨਾ ਕਿ ਕਿਸੇ ਵੀ ਸਿਆਸੀ ਪਾਰਟੀਆਂ ਦੇ ਸਪੋਕਸਮੈਨ ਬਣ ਕੇ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਗੱਲ ਕਰੀਏ।